ਕਦਰ ਵਾਲੀ ਜ਼ਮੀਨ ਚ ਕਬਰ ਦਾ ਫੁੱਲ ਹੋ ਜਾਵੇ ਤੇ
ਉਹ 5 ਸਾਲ ਦਾ ਬੱਚਾ ਡਟ ਗਿਆ। ਮੋਕੋ ਘਾਲ ਜਾਲ ਭਾਵੇਂ ਮਾਰ ਡਾਲ ਨਹੀਂ ਛੋਟਾ ਰਹੇ ਬਾਬਾ ਰਾਮ ਨਾਮ। ਮਾਰਨ ਵਾਸਤੇ ਯਤਨ ਕੀਤਾ, ਜਲ ਅਗਨੀ ਵਿੱਚ ਘੱਤਿਆ, ਪਾਣੀ ਚ ਡੋਬਣ ਦੀ ਮੇਰੀ ਭੈਣਾਂ ਕਥਾ ਕਰ ਰਹੀਆਂ ਨੇ, ਮੈਂ ਚੁੱਪ ਕਰ ਜਾਂਦਾ। ਉਸ ਤੋਂ ਬਾਅਦ ਫਿਰ ਭੈਣਾਂ ਦੇ ਟਾਈਮ ਤੋਂ ਬਾਅਦ ਅਸੀਂ ਕਰ ਲਾਂਗੇ। ਆਖੋ ਸਤਨਾਮ। ਤੀਰ ਕਮਾਨ ਇਹ ਸ਼ਸਤਰ ਲੈ ਕੇ ਆਵੇ,
ਮੇਰੇ ਦਰਬਾਰ ਵਿੱਚ ਜਦੋਂ ਵੀ ਆਓ ਤਿਆਰ ਮਨ ਤਿਆਰ ਹੋ ਕੇ ਆਓ। ਕਹਿੰਦੇ ਨੇ ਜਦ ਹਮਰੇ ਦਰਸ਼ਨ ਕੋ ਆਓ, ਜਦੋਂ ਵੀ ਆਓ ਬਨ ਸੁਚੇਤ ਤਨ ਸ਼ਸਤਰ ਸਜਾਓ, ਕਮਰ ਕਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਦਿਖਾਈ। ਸਾਡੀ ਬਹੁਤ ਖੁਸ਼ੀ ਮਿਲੇਗੀ ਜੇ ਸਾਡਾ ਹੁਕਮ ਮੰਨ ਕੇ ਤਿਆਰ ਮਨ ਤਿਆਰ ਹੋ ਕੇ ਆਓ। 1701 ਦੇ ਹੋਲੇ ਤੇ ਪਾਤਸ਼ਾਹ ਨੇ ਸੱਦਾ ਦਿੱਤਾ, ਸਾਰਿਆਂ ਨੂੰ ਬੁਲਾਇਆ। ਪੁਰਾਣੇ ਗ੍ਰੰਥਾਂ ਵਿੱਚੋਂ ਸਾਨੂੰ ਉਹ ਸਮਾਗਮ ਦਾ ਵੇਰਵਾ ਮਿਲਦਾ। ਸਾਰੇ ਪੁਰਾਤਨ ਗ੍ਰੰਥ ਪੜ੍ਹ ਲਓ, ਭਾਵੇਂ ਗੁਰਬਿਲਾਸ ਪਾਤਸ਼ਾਹੀ ਦਸਵੀਂ ਕੋਇਰ ਸਿੰਘ ਦਾ, ਗੁਰਬਿਲਾਸ ਪਾਤਸ਼ਾਹੀ ਦਸਵੀਂ ਭਾਈ ਸੁੱਖਾ ਸਿੰਘ ਜੀ ਵਾਲਾ, ਮਹਿਮਾ ਪ੍ਰਕਾਸ਼ ਵਿੱਚ ਬਨਸਾਵਲੀ ਨਾਮੇ ਵਿੱਚ, ਪੰਥ ਪ੍ਰਕਾਸ਼ ਵਿੱਚ ਗੁਰਪ੍ਰਤਾਪ ਸੂਰਜ ਵਿੱਚ ਤਾਂ ਬੜਾ ਵਿਸਥਾਰ ਹੈ ਇਸ ਪ੍ਰਸੰਗ ਦਾ। ਹੁਕਮ ਹੋਇਆ ਸਾਰੇ ਸੱਜ ਧੱਜ ਕੇ ਆਓ। ਹਜ਼ਾਰਾਂ ਦੀ ਤਾਦਾਦ ਵਿੱਚ ਸਿੰਘ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਮਨਾਉਣ ਆਏ। ਬਾਜਾ ਵਾਲੇ ਪਾਤਸ਼ਾਹ ਨੇ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਆਪਣੇ ਪਾਵਨ ਕਰ ਕਮਲਾਂ ਨਾਲ ਗੁਲਾਲ ਉਡਾਇਆ। ਗੁਲਾਲ ਸਾਧ ਸੰਗਤ ਦੀ ਇੱਕ ਧੰਦਾ ਆ, ਬਜ਼ਾਰੂ ਜਿਹਾ ਰੰਗ ਜਿਹੜਾ ਲੋਕ ਲੈ ਕੇ ਪਾਉਂਦੇ, ਅੱਖਾਂ 'ਚ ਰੇਤਾ ਪਾ ਦਿੰਦੇ ਹੈ ਅਤੇ ਉਹ ਰੜਕਦਾ ਰਹਿੰਦਾ ਅਤੇ ਦਾੜਿਆਂ ਦੇ ਕੇਸਾਂ 'ਤੇ ਜੰਮ ਜਾਂਦਾ। ਗੁਲਾਲ ਥੋੜ੍ਹਾ ਮਹਿੰਗਾ ਹੁੰਦਾ ਅਤੇ ਉਹ ਇੱਦਾਂ ਦਾੜਿਆਂ ਕੇਸਾਂ 'ਚ ਨਹੀਂ ਜੰਮਦਾ, ਉਹ ਖੁਸ਼ੀ ਦਾ ਪ੍ਰਤੀਕ ਹੁੰਦਾ। ਭਾਈ ਨੰਦ ਲਾਲ ਜੀ ਨੇ ਲਿਖਿਆ, ਭਾਈ ਸਾਹਿਬ ਲਿਖਦੇ ਨੇ ਅਤੇ ਭਾਈ ਸੰਤੋਖ ਸਿੰਘ ਜੀ ਨੇ ਦਾ ਜ਼ਿਕਰ ਕੀਤਾ ਗੁਰਪ੍ਰਤਾਪ ਵਿੱਚ। ਕਹਿੰਦੇ ਸਭ ਤੋਂ ਪਹਿਲਾਂ ਹਜ਼ੂਰ ਨੇ ਭਾਈ ਦਇਆ ਸਿੰਘ ਜੀ ਉੱਤੇ ਇਹ ਬਖਸ਼ਿਸ਼ ਕੀਤੀ ਅਤੇ ਭਾਈ ਦਇਆ ਸਿੰਘ ਨੇ ਉਹੀ ਬਾਟਾ ਹਜ਼ੂਰ ਤੋਂ ਫੜ ਲਿਆ ਅਤੇ ਕਲਗੀਆਂ ਵਾਲੇ ਪਾਤਸ਼ਾਹ ਉੱਤੇ ਉਹ ਰੰਗ ਸਿੱਟਿਆ ਅਤੇ ਹਜ਼ੂਰ ਬੜੇ ਖੁਸ਼ ਹੋ ਕੇ ਭਾਈ ਸਾਹਿਬ ਨੂੰ ਗੱਲ ਨਾਲ ਲਾ ਲਿਆ। ਕਿੱਦਾਂ ਦਾ ਉਹ ਵਾਤਾਵਰਨ ਹੋਵੇਗਾ ਜਦੋਂ ਮਹੱਲਾ ਚੜ੍ਹਦਾ। ਅੱਜ ਕੱਲ੍ਹ ਅਸੀਂ ਇੱਥੇ ਬੈਠੇ ਚਲੋ ਦਰਸ਼ਨ ਕਰਦੇ ਹਾਂ, ਪਰ ਜਦੋਂ ਉੱਥੇ ਉਹਨਾਂ ਸੰਪਰਦਾਵਾਂ ਵਿੱਚ ਵਿਚਰੀਏ, ਉੱਥੇ ਰਹੀਏ, ਜਿਹੜੀਆਂ ਪਿੱਛੋਂ ਚੱਲੀਆਂ ਆ ਰਹੀਆਂ ਪਰੰਪਰਾ ਦੀ ਸਟੱਡੀ ਕਰੀਏ, ਹਰ ਚੀਜ਼ ਦਾ ਤੌਰ ਤਰੀਕਾ ਹੁੰਦਾ। ਉਹ ਤਰੀਕੇ, ਉਹ ਰੀਤੀਆਂ, ਉਹ ਰਿਵਾਜ ਗੁਰੂ ਸਾਹਿਬਾਂ ਦੇ ਚਲਾਏ ਹੋਏ ਅੱਜ ਸਾਨੂੰ ਭੁੱਲਦੇ ਜਾ ਰਹੇ, ਅਸੀਂ ਉਹਨਾਂ ਦੇ ਤਹਿਤ ਉਲਟੀ ਤਰਕ ਕਰਦੇ ਹਾਂ। ਹਰ ਚੀਜ਼ ਪੰਥ ਦੀ, ਕੋਈ ਚੀਜ਼ ਜਾਤੀ, ਭਾਈ ਸਾਹਿਬ ਦੱਸ ਰਹੇ ਸੀ ਨਾ ਵੀ ਅਸੀਂ ਗੁਰੂ ਘਰ ਦੀ ਕੋਈ ਚੀਜ਼ ਨਹੀਂ ਛੱਡੀ ਜਿਹਦੇ ਉੱਤੇ ਕਿੰਤੂ ਨਹੀਂ ਕਰਦੇ, ਕੋਈ ਖੁਸ਼ੀ ਵੀ ਨਹੀਂ ਸਾਨੂੰ ਮਨਾਉਣ ਦਿੰਦੇ ਵੀ ਖੁਸ਼ੀ ਮਨਾ ਰਹੇ ਹਨ। ਹੋਲੇ ਮਹੱਲੇ ਉੱਤੇ ਵੀ ਅੱਜ ਸਾਡੀਆਂ ਉਂਗਲਾਂ ਚੁੱਕ ਰਹੇ ਹੈ, ਪਤਾ ਇਹਨਾਂ ਨੂੰ ਕਿਸੇ ਨੂੰ ਵੀ ਨਹੀਂ। ਉਹ ਦੱਸੇ ਕਿ ਉੱਥੇ ਦੋ ਦੋ ਘੋੜਿਆਂ 'ਤੇ ਚੜ੍ਹ ਕੇ ਦੌੜਦੇ ਨੇ, ਇਹ ਆਪਣੀਆਂ ਦੋ ਰੱਤਾਂ 'ਤੇ ਨਹੀਂ ਖੜ੍ਹੇ ਜਾਓਗੇ ਜਿਹੜੇ ਕਿੰਤੂ ਕਰਦੇ। ਜਿਨ੍ਹਾਂ ਨੇ ਕਦੇ ਡੰਡਾ ਨਹੀਂ ਫੜ ਕੇ ਵੇਖਿਆ, ਉਹ ਸ਼ਸਤਰਧਾਰੀਆਂ ਉੱਤੇ ਉਂਗਲਾਂ ਚੁੱਕਦੇ। ਸਾਧ ਸੰਗਤ ਜੀ, ਆਪੋ ਆਪਣਾ ਵਰਗ ਹੁੰਦਾ, ਆਪੋ ਆਪਣਾ ਸਮਾਜ ਹੁੰਦਾ। ਜਿਹੜੀ ਤੁਹਾਨੂੰ ਨਹੀਂ ਚੰਗੀ ਚੀਜ਼ ਲੱਗਦੀ ਤੁਸੀਂ ਨਾ ਕਰੋ, ਪਰ ਖਾਲਸੇ ਪੰਥ ਨੂੰ ਤਾਂ ਨਾ ਮੰਨ ਦਿਓ ਵੀ ਗੁਰਮਤਿ ਜਿਹੜੀ ਅਸੀਂ ਦੱਸਣੀ ਹੈ ਠੇਕਾ ਸਾਡੇ ਕੋਲ ਹੀ ਹੈ। ਪੰਥ ਦੀਆਂ ਪਰੰਪਰਾਵਾਂ, ਪੰਥ ਦੀਆਂ ਸ਼ਾਨਾਂ ਵੱਖਰੀਆਂ ਰਹੀਆਂ, ਉਹ ਕਿਸੇ ਵਿੱਚ ਰਲਦਾ ਨਹੀਂ। ਖਾਲਸਾ ਆਖੋ ਸ੍ਰੀ ਵਾਹਿਗੁਰੂ। ਸੋ ਕਲਗੀਆਂ ਵਾਲੇ ਪਾਤਸ਼ਾਹ ਨੇ ਜੋ ਕੀਤਾ, ਮਹੱਲਾ ਚੜ੍ਹਿਆ ਅਤੇ ਸਿੰਘਾਂ ਦਾ ਦਲ ਘੋੜਿਆਂ 'ਤੇ ਸਭ ਤੋਂ ਅੱਗੇ ਨਿਸ਼ਾਨ ਸਾਹਿਬ ਜਾਂਦੇ, ਪਿੱਛੇ ਨਗਾਰਾ ਹੁੰਦਾ। ਅੱਜ ਵੀ ਤੁਸੀਂ ਆਨੰਦਪੁਰ ਸਾਹਿਬ ਜਾਓ, ਚੀਜ਼ਾਂ ਬੜੀਆਂ ਭਾਵਨਾ ਨੇ, ਕਿਉਂਕਿ ਮਿਲਾਦੀ ਬੇਨਤੀ ਕੀਤੀ ਸੀ। ਭਾਈ ਸਾਹਿਬ ਨੇ ਵੀ ਵਿਚਾਰ ਦਿੱਤੇ ਸੀ ਵੀ ਸ਼ਰਧਾ, ਜਿੰਨੇ ਵੀ ਬੁਲਾਰੇ ਰਾਤੀ ਬੋਲੇ ਸਤਿਕਾਰਯੋਗ ਸਰਦਾਰ ਤਰਲੋਚਨ ਸਿੰਘ ਜੀ, ਸਾਰਿਆਂ ਨੇ ਇਸੇ ਗੱਲ 'ਤੇ ਜ਼ੋਰ ਦਿੱਤਾ ਸੀ ਵੀ ਭਾਵਨਾ ਨੂੰ ਨਾ ਡਿੱਗਣ ਦਿਓ। ਭਾਵਨਾ 'ਤੇ ਸਭ ਕੁਝ ਖੜਾ ਜੇ, ਭਾਵਨਾ ਹੈ ਤੇ ਮਾਂ ਮਾਂ ਹੁੰਦੀ ਹੈ, ਭਾਵਨਾ ਹੈ ਤਾਂ ਪਿਓ ਪਿਓ ਹੁੰਦਾ, ਭਾਵਨਾ ਹੈ ਤੇ ਭੈਣ ਭਾਈ ਹੁੰਦੇ ਨੇ। ਭਾਵਨਾ ਮਰ ਜਾਏ ਤੇ ਸਰੀਰ ਮਿੱਟੀ ਦੇ ਲੋਥੜੇ ਹੁੰਦੇ ਨੇ। ਭਾਵਨਾਵਾਂ ਨੇ ਸਾਡੀਆਂ ਮਾਂ ਵਾਸਤੇ, ਪਿਓ ਵਾਸਤੇ, ਭਰਾਵਾਂ ਭੈਣਾਂ ਵਾਸਤੇ, ਬੱਚਿਆਂ ਵਾਸਤੇ, ਸਾਡੀਆਂ ਭਾਵਨਾਵਾਂ ਕੰਮ ਕਰ ਰਹੀਆਂ ਨੇ। ਉਹ ਗੁਰੂ ਵਾਸਤੇ ਵੀ ਭਾਵਨਾ ਹੁੰਦੀ ਹੈ। ਜੇ ਭਾਵਨਾ ਖਤਮ ਹੋ ਜਾਏ ਤੇ ਫਿਰ ਹੁਣ ਮੁਸਲਮਾਨ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਤੇ ਆਪਾਂ ਕੀ ਕਰ ਲੈਣਾ, ਹਿੰਦੂ ਨਹੀਂ ਕੋਈ ਮੰਨਦਾ, ਨਾਮ ਈਸਾਈ ਕੋਈ ਨਹੀਂ ਮੰਨਦਾ, ਅਸੀਂ ਤਾਂ ਮੰਨਦੇ ਹਾਂ ਨਾ।
ਸਾਡੀ ਭਾਵਨਾ ਇਹਨਾਂ ਚੀਜ਼ਾਂ ਨਾਲ ਜੁੜੀ ਹੋਈ। ਮੇਰਾ ਕਹਿਣ ਦਾ ਮਤਲਬ ਹੈ ਕਿ ਭਾਵਨਾ ਕਰਕੇ ਸਭ ਕੁਛ ਹੈ, ਜਿਹਦੇ ਕੋਲ ਭਾਵਨਾ ਨਹੀਂ ਉਹਦੇ ਲਈ ਕੁਛ ਨਹੀਂ, ਜਿਹਦੇ ਕੋਲ ਭਾਵਨਾ ਹੈ ਉਹਦੇ ਲਈ ਰੱਬ ਹੈ, ਜਿਹਦੇ ਕੋਲ ਭਾਵਨਾ ਨਹੀਂ ਉਹਦੇ ਲਈ ਰੱਬ ਕੋਈ ਨਹੀਂ ਹੈ, ਨਾਸਤਿਕ ਵਾਸਤੇ ਰੱਬ ਕੋਈ ਨਹੀਂ ਹੈ। ਅੱਜ ਵੀ ਤੁਸੀਂ ਦੇਖੋ ਮਹੱਲੇ ਦੇ ਵਿੱਚ ਸਭ ਤੋਂ ਅੱਗੇ ਘੋੜਾ ਖਾਲੀ ਛੱਡਿਆ ਜਾਂਦਾ, ਬੜਾ ਸੁੰਦਰ ਸ਼ਿੰਗਾਰ ਹੈ ਘੋੜਾ ਹੁੰਦਾ। ਭਾਵਨਾ ਹੈ ਕਿ ਇਹ ਘੋੜੇ ਤੇ ਬਾਜਾਂ ਵਾਲੇ ਪਾਤਸ਼ਾਹ ਦੀ ਸਵਾਰੀ ਹੈ, ਜਿੰਨੇ ਵੀ ਨਿਹੰਗ ਸਿੰਘਾਂ ਦੇ ਦਲ ਨੇ ਉਹ ਮੰਨ ਕੇ ਤੁਰਦੇ ਆ ਵੀ ਹਜ਼ੂਰ ਦਾ ਘੋੜਾ ਅੱਗੇ ਜਾਏਗਾ, ਨਾਲ ਨਿਸ਼ਾਨ ਸਾਹਿਬ ਹੋਣਗੇ, ਨਗਾਰੇ ਹੋਣਗੇ, ਉਸ ਤੋਂ ਪਿੱਛੇ ਜਿਹੜਾ ਜਥੇਦਾਰ ਹੋਏਗਾ ਉਹਦਾ ਘੋੜਾ ਹੋਏਗਾ, ਫਿਰ ਉਸ ਤੋਂ ਬਾਅਦ ਦੂਸਰੇ ਨਗਾਰਚੀਆਂ ਦੇ ਤੇ ਸਿੰਘਾਂ ਦੇ ਘੋੜੇ। ਇਸ ਤਰ੍ਹਾਂ ਇੱਕ ਡਿਸਿਪਲਨ ਵਿੱਚ ਫੌਜ ਤੁਰਦੀ, ਬਾਜਾਂ ਵਾਲੇ ਪਾਤਸ਼ਾਹ ਘੋੜੇ ਤੇ ਸਵਾਰ ਹੋਏ, ਨਾਲ ਭਾਈ ਦਇਆ ਸਿੰਘ ਸਾਹਿਬ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਨ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਬਜਿੰਦਰ ਸਿੰਘ ਜੀ, ਬੜੇ ਬੜੇ ਯੋਧੇ। ਇਹ ਸਾਰਾ ਦਲ ਗਿਆ ਚਰਨ ਗੰਗਾ ਨਦੀ ਵਿੱਚ। ਅਨੰਦਪੁਰ ਸਾਹਿਬ ਦਾ ਚੱਪਾ ਚੱਪਾ ਪਵਿੱਤਰ ਹੈ, ਪਰ ਚਰਨ ਗੰਗਾ ਵਰਗੀ ਉਹ ਪਵਿੱਤਰ ਨਦੀ, ਉਹਨੂੰ ਚਰਨ ਗੰਗਾ ਕਿਉਂ ਕਹਿੰਦੇ ਆ? ਕਿਉਂਕਿ ਰੋਜ਼ ਸ਼ਾਮ ਨੂੰ ਹਜ਼ੂਰ ਦੇ ਚਰਨ ਪੈਂਦੀ ਸੀਗੀ। 2:30 ਵਜੇ ਉੱਥੇ ਮਹਾਰਾਜ ਪਹੁੰਚ ਜਾਂਦੇ ਸੀ ਦੁਪਹਿਰੇ ਢਾਲੇ ਤੇ, ਸਿੰਘਾਂ ਨੂੰ ਘੋੜ ਦੌੜ ਕਰਾਉਣੀ, ਸ਼ਸਤਰ ਵਿੱਦਿਆ, ਉਹ ਕਲਾਸ ਜਿਹੜੀ ਸੀ ਨਾ ਸ਼ਸਤਰ ਵਿੱਦਿਆ ਦੀ ਨਦੀ ਵਿੱਚ ਲੱਗਦੀ ਸੀ, ਉੱਥੇ ਘੋੜੇ ਦੌੜ। ਅੱਜ ਵੀ ਉੱਥੇ ਹੀ ਚਰਨ ਗੰਗਾ ਸਟੇਡੀਅਮ ਬਣਾਇਆ, ਭਾਵੇਂ ਸਰਕਾਰ ਨੇ ਥੋੜ੍ਹਾ ਜਿਹਾ ਸਰਫਾ ਕਰਕੇ ਜਗ੍ਹਾ ਸੌੜੀ ਕਰ ਦਿੱਤੀ ਹੈ, ਜਿੰਨੀ ਜਗ੍ਹਾ ਅਨੰਦਪੁਰ ਸਾਹਿਬ ਹੁੰਦੀ ਸੀ ਉਹ ਕੱਟ ਵੱਟ ਕੇ ਥੋੜ੍ਹੀ ਕਰ ਦਿੱਤੀ ਹੈ। ਇਹ ਸਾਨੂੰ ਆਵਾਜ਼ ਹੀ ਉਠਾਉਣੀ ਚਾਹੀਦੀ ਹੈ ਵੀ ਅਨੰਦਪੁਰ ਸਾਹਿਬ ਚਰਨ ਗੰਗਾ ਸਟੇਡੀਅਮ ਵੱਡਾ ਹੋਣਾ ਚਾਹੀਦਾ। ਹਰ ਸਾਲ ਕੋਈ ਨਾ ਕੋਈ ਹਾਦਸਾ ਹੋ ਜਾਂਦਾ, ਘੋੜੇ ਦੌੜਦੇ ਨੇ, ਘੋੜਿਆਂ ਦੇ ਐਕਸੀਡੈਂਟ ਹੋ ਜਾਂਦੇ ਹੈ ਕਿਉਂਕਿ ਜਗ੍ਹਾ ਥੋੜ੍ਹੀ ਹੈ। ਉਸ ਚਰਨ ਗੰਗਾ ਨਦੀ 'ਚ ਸੱਚੇ ਪਾਤਸ਼ਾਹ ਪਹੁੰਚੇ, ਪਹਿਲਾਂ ਘੋੜਿਆਂ ਦੀ ਦੌੜ ਹੋਈ, ਫਿਰ ਗੱਤਕਾ ਸਿੰਘਾਂ ਨੇ ਖੇਡਿਆ, ਮਨਸੂਈ ਜੰਗ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਉੱਥੋਂ ਉੱਠੇ ਜਿੱਥੇ ਅੱਜ ਕੱਲ੍ਹ ਗੋਲਗੜ੍ਹ ਹੈ। ਸਾਧ ਸੰਗਤ ਜੀ, ਕਦੀ ਕਿਲਿਆਂ ਦੇ ਨਾਂ ਦੇਖੋ ਨਾ ਅਨੰਦਪੁਰ ਸਾਹਿਬ ਦੇ, ਅੱਜ ਕੱਲ੍ਹ ਕਹਿੰਦੇ ਹੋਲੇ ਦਾ ਕੀ ਮਹੱਤਵ ਹੈ ਜੀ, ਹੋਲੇ ਦਾ ਮਹੱਤਵ ਤੇ ਹੋਲਗੜ੍ਹ ਤੋਂ ਹੀ ਪਤਾ ਲੱਗ ਜਾਂਦਾ ਵੀ ਹੋਲਗੜ੍ਹ ਕਿਉਂ ਬਣਿਆ। ਹੋਲਗੜ੍ਹ ਦਾ ਮਤਲਬ ਹੀ ਹੈ ਜਿੱਥੇ ਹੋਲਾ ਖੇਡ ਕੇ ਆਏ, ਜੇ ਉਹ ਗੜ੍ਹ, ਉਹ ਗੜ੍ਹ, ਉਹ ਕਿਲਾ ਜਿੱਥੇ ਪਾਤਸ਼ਾਹ ਹੋਲਾ ਖੇਡ ਕੇ, ਉਸੇ ਨਾਂ ਦਾ ਉਹਦਾ ਨਾਂ ਰੱਖ ਦਿੱਤਾ ਹੋਲਗੜ੍ਹ ਸਾਹਿਬ। ਹੁਣ ਤਾਂ ਛੋਟਾ ਗੁਰੂ ਘਰ ਹੀ ਰਿਹਾ, ਪਹਿਲਾਂ ਕਿਲਾ ਹੁੰਦਾ ਸੀ, ਸਮੇਂ ਨਾਲ ਕਿਲਾ ਢਹਿ ਗਿਆ ਸਿੰਘਾਂ ਦਾ। ਉਸ ਕਿਲੇ ਵਾਲੀ ਥਾਂ ਤੇ ਦੀਵਾਨ ਸਜੇ, ਸ਼ਾਮ ਦਾ ਦੀਵਾਨ, ਲਹਿਰ ਵਾਸਤੇ ਪਾਠ ਦਾ ਦੀਵਾਨ, ਬੜੇ ਬੜੇ ਗੁਣੀ ਗਿਆਨੀ ਵਿਦਵਾਨ ਮਹਾਰਾਜ ਦੇ ਦਰਬਾਰ ਵਿੱਚ, 52 ਕਵੀ ਸਨ, ਆਪਣੀ ਆਪਣੀ ਕਲਾਮ ਪੇਸ਼ ਕੀਤੀ, ਆਪਣੀ ਆਪਣੀ ਕਵਿਤਾ, ਆਪਣੇ ਆਪਣੇ ਛੰਦ ਹਜ਼ੂਰ ਦੀ ਉਸਤਤ ਵਿੱਚ ਗਾਏ। ਉਸ ਵੇਲੇ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਵੀ ਉੱਥੇ ਸਨ, ਪੰਡਿਤ ਨਿਹਾਲ ਸਿੰਘ ਜੀ ਨਿਰਮਲੇ ਮਹਾਂਪੁਰਸ਼, ਉਹਨਾਂ ਨੇ ਇੱਕ ਛੰਦ ਗਾਇਆ, ਕਹਿੰਦੇ ਔਰਨ ਕੀ ਆਰਤੀ ਸਵਾਰਤਾ ਅਕਾਲ ਜੁਕੋ, ਔਰਨ ਕੀ ਆਰਤੀ। ਬਾਕੀ ਦੇਵੀ ਦੇਵਤਿਆਂ ਦੇ ਮੰਦਰਾਂ 'ਚ ਆਰਤੀ ਹੁੰਦੀ ਹੈ, ਔਰਨ ਕੀ ਆਰਤੀ ਸੋ ਆਰਤਾ ਅਕਾਲ ਜੁਕੋ, ਖਾਲਸਾ ਆਰਤਾ ਕਰਦਾ ਗੋਪਾਲ ਤੇਰਾ, ਆਰਤਾ ਜੋਜਨ ਤੁਮਰੀ ਭਗਤ ਕਰਨ ਤੇ ਦਿਨ ਕੇ ਕਾਜ ਸਵਾਰ, ਔਰਨ ਕੀ ਆਰਤੀ ਸੋ ਆਰਤਾ ਅਕਾਲ ਜੁਕੋ, ਔਰਨ ਕੀ ਬੋਲੀ ਦੀਨ ਪੰਥ ਕੋ ਸੋ ਬੋਲਾ ਹੈ। ਲੋਕਾਂ ਦੀ ਬੋਲੀ ਤੇ ਦੀਨਾ ਬੰਧੂ ਕਲਗੀਆਂ ਵਾਲੇ ਦਾ ਬੋਲਾ, ਸਿੰਘ ਚੜ੍ਹਦੀ ਕਲਾ 'ਚ ਰਹਿਣ ਦੇ ਲਈ ਨਾ ਚੜ੍ਹਦੀ ਕਲਾ ਵਾਲੇ ਬੋਲ ਬੋਲਦੇ ਸੀ, ਕੱਲੇ ਨੂੰ 1.25 ਲੱਖ ਕਹਿੰਦੇ ਸੀ, ਇੱਕ ਬਾਂਹ ਵਾਲੇ ਨੂੰ ਲੱਖ ਬਾਂਹ ਕਹਿੰਦੇ ਸੀ, ਇੱਕ ਨੇਤਰ ਵਾਲੇ ਨੂੰ ਲੱਖ ਨੇਤਰਾ ਕਹਿੰਦੇ ਸੀ। ਚੜ੍ਹਦੀ ਕਲਾ 'ਚ ਉਹ ਹਮੇਸ਼ਾ ਇਸਤਰੀ ਲਿੰਗ ਸ਼ਬਦ ਘੱਟ ਬੋਲਦੇ ਸੀ, ਪੁਲਿੰਗ ਸ਼ਬਦ ਜ਼ਿਆਦਾ ਬੋਲਦੇ ਸੀ, ਮਰਦ ਸੀ ਨਾ, ਮਰਦ ਦੀ ਨਿਸ਼ਾਨੀ ਉਹ ਆਪਣੇ ਬੋਲਾਂ ਨਾਲ ਪ੍ਰਗਟ ਕਰ ਦਿੰਦੇ ਸੀ ਵੀ ਅਸੀਂ ਮਰਦ ਹਾਂ। ਔਰਨ ਕੀ ਆਰਤੀ ਸਵਾਰਤਾ ਅਕਾਲ ਜੁਕੋ, ਔਰਨ ਕੀ ਬੋਲੀ ਦੀਨ ਪੰਥ ਕੋ ਸੋ ਬੋਲਾ ਹੈ। ਅੰਬਿਕਾ ਕੜਾਹੀ, ਅੰਬਿਕਾ ਕਹਿੰਦੇ ਨੇ ਦੇਵੀ ਨੂੰ,
ਦੇਵੀ ਦੀ ਕੜਾਈ ਤੁਸੀਂ ਸੁਣਿਆ ਹੋਣਾ ਪਿੰਡਾਂ ਇਹਦਾ ਦੇਵੀ ਦੀ ਕੜਾਈ ਦੇਣ ਚੱਲੇ ਅੰਬ ਦਾ ਕੜਾਈ ਮਹਾਰਾਜ ਕੋ ਕੜਾ ਸੁਦਾ ਉਹਦੀ ਕੜਾਈ ਹੈ ਮਹਾਰਾਜ ਦਾ ਕੜਾ ਪ੍ਰਸ਼ਾਦ ਹੈ ਅੰਬ ਵਿਆਹ ਕੜਾਈ ਮਹਾਰਾਜ ਕੋ ਕੜਾ ਸੁਦਾ ਝੋਲੀ ਤੋਂ ਬਖਾਨੇ ਬਾਜ ਸਵਾਮੀ ਜੀ ਕੋ ਚੋਲਾ ਹੈ ਦੇਵੀ ਦੀ ਚੋਲੀ ਕਹਿੰਦੇ ਅਸੀਂ ਦੇਵੀ ਦੀ ਚੋਲੀ ਦੇਣ ਚੱਲੇ ਚੋਲੀ ਚੜਾਉਣ ਚੱਲੇ ਆ ਮਾਤਾ ਦੀ ਝੋਲੀ ਤੋਂ ਬਖਾਨੇ ਬਾਜ ਸਵਾਮੀ ਜੋ ਕੋ ਚੋਲਾ ਹੈ ਤੇ ਮੇਰੇ ਕਲਗੀਆਂ ਵਾਲੇ ਦਾ ਚੋਲਾ ਹੈ ਝੰਡਾ ਝੰਡੀ ਜੂ ਸਵਾਰੀ ਮਾਤ ਮਾਤਾ ਦੀ ਝੰਡੀ ਲਾਈਆਂ ਹੁੰਦੀਆਂ ਝੰਡੀਆਂ ਤੁਸੀਂ ਦੇਖਿਆ ਹੋਣੀਆਂ ਦੇਵੀ ਦੇ ਮੰਦਰਾਂ ਚ ਝੰਡੀ ਜੂ ਸਵਾਰੀ ਮਾਤ ਤੇ ਮਾਤਾ ਦੀ ਸਵਾਰੀ ਕਹਿੰਦੇ ਆ ਝੰਡਾ ਜੂ ਸਵਾਰਾ ਨਾਥ ਤੇ ਮੇਰੇ ਨਾਥ ਬਾਜਾਂ ਵਾਲੇ ਦਾ ਸਵਾਰਾ ਹੁੰਦਾ ਹੈ ਤੇ ਝੰਡਾ ਹੁੰਦਾ ਹੈ ਝੰਡੀ ਜੂ ਸਵਾਰੀ ਮਾਤ ਝੰਡਾ ਜੂ ਸਵਾਰਾ ਨਾਥ ਝੋਲੀ ਤੋਂ ਤਵਾਮ ਕੀ ਸੋ ਖਾਲਸੇ ਕਾ ਝੋਲਾ ਹੈ ਲੋਕੀ ਝੋਲੀ ਕਹਿੰਦੇ ਆ ਇਹ ਝੋਲਾ ਕਹਿੰਦੇ ਸੀ ਦੇਵੀ ਦੇਵ ਸਿੱਧਨ ਕੀ ਲੋਕਨ ਮੈਂ ਪ੍ਰਸਿੱਧ ਹੋਲੀ ਦੇਵੀ ਦੇਵਤਿਆਂ ਦੀ ਲੋਕਾਂ ਦੀ ਪ੍ਰਸਿੱਧ ਹੋਲੀ ਹੈ ਪਰ ਗੁਰੂ ਗੋਬਿੰਦ ਸਿੰਘ ਜੂ ਕੋ ਆਜ ਹੋਲਾ ਹੈ ਪੰਡਿਤ ਜੀ ਕਹਿੰਦੇ ਅੱਜ ਬਾਜਿਆਂ ਵਾਲੇ ਦਾ ਹੋਲਾ ਭਾਈ ਨੰਦ ਲਾਲ ਜੀ ਦੀ ਵਾਰੀ ਆਈ ਮੈਂ ਸਾਰੇ ਕਵੀਆਂ ਦੇ ਕਵਿਤ ਪੜ੍ਹਨ ਲੱਗਾ ਬੜਾ ਟਾਈਮ ਲੱਗ ਜਾਣਾ ਬੜਾ ਕੁਝ ਕਿਹਾ ਗਿਆ ਉੱਥੇ ਪੰਡਿਤ ਨਿਹਾਲ ਸਿੰਘ ਜੀ ਦੇ ਮੇਰਾ ਖਿਆਲ ਵੀਹ ਪੰਨੇ ਲਿਖੇ ਹੋਏ ਆ ਸੌ ਡੇਢ ਸੌ ਕਵਿਤ ਲਿਖਿਆ ਇਸੇ ਵਿਸ਼ੇ ਤੇ ਜੋ ਸਿੰਘਾਂ ਦਾ ਵਰਤਾਰਾ ਚੜ੍ਹਦੀ ਕਲਾ ਤਿਆਰ ਪ੍ਰਤਿਆਰ ਉਹਨਾਂ ਦਾ ਰਹਿਣ ਸਹਿਣ ਸਭ ਚ ਵਰਣਨ ਆਉਂਦਾ ਭਾਈ ਨੰਦ ਲਾਲ ਜੀ ਦੀ ਵਾਰੀ ਆਈ ਹਜ਼ੂਰ ਦੇ ਦਰਬਾਰ ਤੇ ਬਵੰਜਾ ਕਵੀਆਂ ਦਾ ਸ਼੍ਰੋਮਣੀ ਕਵੀ ਸੀ ਭਾਈ ਨੰਦ ਲਾਲ ਤੇ ਅੱਜ ਇਰਾਨ ਦੀ ਯੂਨੀਵਰਸਿਟੀਆਂ ਵਿੱਚ ਭਾਈ ਸਾਹਿਬ ਦੀ ਭਾਈ ਨੰਦ ਲਾਲ ਜੀ ਦੀ ਤੇ ਗੁਰੂ ਗੋਬਿੰਦ ਸਿੰਘ ਦੇ ਜਫਰਨਾਮੇ ਦੀ ਪਹਿਲੀ ਜਗ੍ਹਾ ਹੈ ਉੱਥੇ ਫਾਰਸੀ ਦੇ ਵਿੱਚ ਇਹੋ ਜਿਹੀ ਕਵਿਤਾ ਕਹਿੰਦੇ ਸਾਡੀ ਰਾਮ ਚ ਨਹੀਂ ਲਿਖੀ ਗਈ ਜਿਹੜੀ ਇਹ ਪੰਜਾਬ ਵਿੱਚ ਰਹਿਣ ਵਾਲਿਆਂ ਨੇ ਲਿਖ ਦਿੱਤੀ ਇੱਕ ਭਾਈ ਨੰਦ ਲਾਲ ਜੀ ਦੀ ਤੇ ਇੱਕ ਕਲਗੀਆਂ ਵਾਲੇ ਪਾਤਸ਼ਾਹ ਦਾ ਜਫਰਨਾਮਾ ਉੱਥੇ ਪੜ੍ਹਾਇਆ ਜਾਂਦਾ ਯੂਨੀਵਰਸਿਟੀ ਸਾਡੇ ਬੱਚਿਆਂ ਨੂੰ ਨਹੀਂ ਪਤਾ ਵੀ ਜਫਰਨਾਮਾ ਕੀ ਹੈ ਭਾਈ ਨੰਦ ਲਾਲ ਜੀ ਗਜ਼ਲਾਂ ਸੱਤਰ ਅੱਸੀ ਸਾਲ ਪਹਿਲਾਂ ਸਾਡੇ ਬਜ਼ੁਰਗ ਪੜ੍ਹ ਲੈਂਦੇ ਸੀ ਬਾਬਾ ਆਤਮਾ ਸਿੰਘ ਜੀ ਪਜੋਖਰੇ ਸਾਹਿਬ ਵਾਲੇ ਭਾਈ ਸਾਹਿਬ ਰਣਧੀਰ ਸਿੰਘ ਦੇ ਗੜਬਈ ਸਨ ਉਹ ਮੈਂ ਉਹਨਾਂ ਨੂੰ ਪੁੱਛਿਆ ਮੈਂ ਬਾਪੂ ਜੀ ਤੁਸੀਂ ਫਾਰਸੀ ਕਿਉਂ ਪੜ੍ਹੀ ਸੀ ਕਹਿੰਦੇ ਮੈਂ ਤਾਂ ਪੜ੍ਹੀ ਸੀ ਭਾਈ ਨੰਦ ਲਾਲ ਦੀ ਬਾਣੀ ਪੜ੍ਹਨਾ ਪਰ ਹੁਣ ਨਾ ਸਕੂਲਾਂ 'ਚ ਪੜ੍ਹਾਉਂਦਾ ਨਾ ਕੋਈ ਪੜ੍ਹਦਾ ਇਹਦੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਨਹੀਂ ਰਹਿੰਦੇ ਭਾਈ ਨੰਦ ਲਾਲ ਨੂੰ ਕਹਿੰਦੇ ਪੜ੍ਹਨਾ ਪਰ ਕਦੀ ਪੜ੍ਹੋਗੇ ਪਤਾ ਲੱਗੇਗਾ ਸਿੱਖੀ ਕੀ ਹੈ ਹਜੂ ਭਾਈ ਨੰਦ ਲਾਲ ਦੇ ਦਰਬਾਰ ਦੇ ਕਵੀ ਭਾਈ ਨੰਦ ਲਾਲ ਕਹਿੰਦੇ ਦਸਮ ਪਾਤਸ਼ਾਹ ਦੇ ਸਾਹਮਣੇ ਗੁਲੇ ਹੋਲੀ ਬਾਬਾ ਕੇ ਦਹਿਰ ਗੂ ਕਰਦ ਕਹਿੰਦੇ ਕੈਸਾ ਸੋਹਣਾ ਹੋਲੀ ਦਾ ਫੁੱਲ ਖਿੜਿਆ ਅੱਜ ਸਾਰੀ ਧਰਤੀ ਖਿੜ ਗਈ ਹੈ ਕਹਿੰਦੇ ਇਹ ਧਰਤੀ ਨਹੀਂ ਖਿੜੀ ਬਨਸਪਤੀ ਨਹੀਂ ਖਿੜੀ ਇਹ ਫੁੱਲ ਨਹੀਂ ਖਿੜੇ ਲੱਭੇ ਚੁੱਪ ਚਿਹਰਾ ਫਰਖਾਂਦਾ ਖੂ ਕਰਦ ਇਹ ਬਾਜਾਂ ਵਾਲੇ ਦੇ ਫੁੱਲ ਖਿੜੇ ਨੇ ਜੇ ਬਾਜਾਂ ਵਾਲੇ ਦੇ ਫੁੱਲਾਂ ਤੇ ਮੁਸਕਰਾਹਟ ਆਈ ਤੇ ਤਾਂ ਹੀ ਧਰਤੀ ਖਿੜੀ ਹੈ ਆਖੋ ਸ੍ਰੀ ਵਾਹ ਮੇਰੇ ਬਾਜਾਂ ਵਾਲਾ ਹੱਸਿਆ ਖੁਸ਼ ਹੋਇਆ ਤੇ ਅੱਜ ਉਹਦੀ ਕਿਰਪਾ ਨਾਲ ਸਾਰੀ ਧਰਤੀ ਹੱਸ ਪਈ ਹੈ ਸਾਰੀ ਬਨਸਪਤੀ ਹੱਸ ਪਈ ਹੈ ਸਾਰੇ ਫੁੱਲ ਖਿੜ ਪਏ ਨੇ ਗੁੱਚੇ ਖਿੜ ਗਏ ਨੇ ਗੁਲਾਬੋ ਅੰਬਰੋ ਮੁਸ਼ਕੋ ਅਮੀਰੋ ਜੂ ਬਾਰਾਂ ਬਾਰ ਸੇ ਅੱਜ ਸੂ ਬਸੂ ਕਰ ਗੁਲਾਬ ਦੀ ਮੁਸ਼ਕ ਕਪੂਰ ਦੀ ਕੇਸਰ ਦੀ ਅਮੀਰ ਦੀ ਗੁਲਾਬ ਦੀ ਆਕਾਸ਼ ਤੋਂ ਅੱਜ ਵਰਖਾ ਹੋ ਰਹੀ ਉੱਪਰੋਂ ਹੋ ਰਹੀ ਹੈ ਉੱਤੋਂ ਬਰਸਾਤ ਹੋ ਰਹੀ ਹੈ ਰੰਗਾਂ ਦੀ ਅੱਜ ਮੇਰਾ ਰੰਗਾਂ ਦਾ ਦਾਤਾ ਖੁਸ਼ੀਆਂ ਚ ਆ ਗਿਆ ਜ਼ਹਿਰ ਵਿੱਚ ਕਾਲੀਏ ਪੁਰ ਜ਼ਾਫਰਾਨੀ ਕਹਿੰਦੇ ਮੈਂ ਬਜ਼ਾਰ ਜਾਵਾਂ ਕੇਸਰ ਭਰੀ ਪੁਚਕਾਰੀ ਤੋਂ ਜ਼ਹਿਰ ਵਿੱਚ ਕਾਲੀਏ ਪੁਰ ਜ਼ਾਫਰਾਨੀ ਜ਼ਾਫਰਾਨੀ ਕਹਿੰਦੇ ਕੇਸਰ ਨੂੰ ਕੇਸਰ ਨਾਲ ਭਰੀ ਹੋਈ ਪੁਚਕਾਰੀ ਬਾਜਾਂ ਵਾਲਿਆ ਤੇਰੇ ਹੱਥ ਵਿੱਚ ਕਿ ਹਰ ਬੇਰੰਗ ਦਾ ਖੁਸ਼ ਰੰਗੋ ਬੂ ਕਰ ਕਿ ਹਰ ਬੇਰੰਗ ਨੂੰ ਖੁਸ਼ ਰੰਗ ਕਰ ਦਿੰਦਾ ਜਿਹੜੀ ਕਿ ਜਾ
ਜਾਤ ਗੋਤ ਕੋਲ ਮਾਹੀ ਸਰਦਾਰੀ ਵੀ ਨਹੀਂ ਕਦਾਈ ਉਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਜਿਨ੍ਹਾਂ ਦੇ ਕਦੀ ਰੰਗ ਆਇਆ ਨਹੀਂ ਸੀ ਖੁਸ਼ੀ ਆਈ ਨਹੀਂ ਸੀ ਜਿਹੜੇ ਕਦੀ ਹੱਸ ਕੇ ਵੇਖਿਆ ਨਹੀਂ ਸੀ ਜਿਨ੍ਹਾਂ ਨੇ ਘਾਹ ਖੋਜ ਦੇ ਮਰ ਗਏ ਸਨ ਉਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਹਰ ਬੇ ਰੰਗ ਰਾ ਖੁਸ਼ ਰੰਗੋ ਗੁਰ ਕਰ ਹਰ ਬੇ ਰੰਗ ਨੂੰ ਖੁਸ਼ ਰੰਗ ਕਰ ਦਿੱਤਾ ਅੱਗੇ ਭਾਈ ਸਾਹਿਬ ਲਿਖਦੇ ਗੁਲਾਲ ਅਫਸਾਨੀਏ ਦਸਤੇ ਮੁਬਾਰਕ ਦਸਤੇ ਮੁਬਾਰਕ ਪਵਿੱਤਰ ਹੱਥ ਪਵਿੱਤਰ ਹੱਥਾਂ ਨਾਲ ਗੁਲਾਲ ਉਡਾਇਆ ਗੁਲਾਲ ਅਫਸਾਨੀਏ ਅਫਸਾਨੀਏ ਮੈਨੇ ਉਡਾਇਆ ਗੁਲਾਲ ਬਾਜਾਂ ਵਾਲੇ ਪਾਤਸ਼ਾਹ ਨੇ ਤੇ ਕੀ ਹੋਇਆ ਜ਼ਮੀਨੋ ਆਸਮਾਨ ਸੁਰਖਰੂ ਕਰ ਜ਼ਮੀਨ ਦੇ ਅਸਮਾਨ ਦੋਵੇਂ ਜਹਾਨ ਲਾਲੋ ਲਾਲ ਕਰ ਦਿੱਤੇ ਦਿੱਤਾ ਸੱਚ ਨਾਮ ਤਲ ਹੀਰ ਸੋ ਗੁਰ ਪਰਮਲ ਕਹੀਏ ਗੁਰੂ ਚੰਦਨ ਹੈ ਗੁਰੂ ਕੇਸਰ ਹੈ ਗੁਰੂ ਫੁੱਲਾਂ ਦਾ ਅਤਰ ਹੈ ਕਿਉਂਕਿ ਉਹਦੇ ਹਿਰਦੇ ਦੇ ਵਿੱਚ ਉਹ ਨਾਮ ਦੀ ਖੁਸ਼ਬੋ ਹੈ ਜਿਹਦੇ ਨਾਲ ਧਰਤੀ ਵੀ ਰੰਗੀ ਜਾ ਸਕਦੀ ਹੈ ਅਸਮਾਨ ਵੀ ਰੰਗਿਆ ਜਾ ਸਕਦਾ ਦਿੱਤਾ ਸੱਚ ਨਾਮ ਤਲ ਹੀਰ ਸੋ ਗੁਰ ਪਰਮਲ ਕਹੀਏ ਪੂਰਨ ਸਾਹਿਬ ਮਾਲ ਜਿੰਨੇ ਬੂਟੇ ਨੇ ਸਾਰੇ ਚੰਦਨ ਬਣ ਜਾਂਦੇ ਨੇ ਕਣਗੀਆਂ ਵਾਲੇ ਦੀ ਅੰਦਰ ਦੀ ਖੁਸ਼ਬੋ ਨਾਲ ਜਾਤੀ ਵਾਸ ਬਨਾਸ ਪਤ ਸੋਹਰਾ ਤਾਸ ਚਰਨ ਦੇ ਰਹੀ ਹੈ ਅਸੀਂ ਉਹਦੇ ਚਰਨਾਂ ਦੇ ਦਾਸ ਬਣ ਕੇ ਰਹਿਣਾ ਉਹ ਮੇਰਾ ਬਾਜਾਂ ਵਾਲਾ ਹੈ ਭਾਈ ਸਾਹਿਬ ਕਹਿੰਦੇ ਗੁਲਾਲ ਅਫਸਾਨੀਏ ਦਸਤੇ ਮੁਬਾਰਕ ਜ਼ਮੀਨੋ ਆਸਮਾਨ ਸੁਰਖਰੂ ਕਰ ਜ਼ਮੀਨ ਵੀ ਰੰਗ ਦਿੱਤੀ ਅਸਮਾਨ ਵੀ ਰੰਗ ਦਿੱਤਾ ਐਸਾ ਰੰਗ ਚੜਿਆ ਫਿਰ ਦੋ ਵਾਰ ਕਸਤ ਰੰਗੀ ਅੱਜ ਤੁਫੈਲ ਤੁਸ਼ਾਮ ਜਾਮਾ ਰੰਗੀ ਦਰ ਗੁਰੂ ਕਰ ਅੱਜ ਦੋਵੇਂ ਜਹਾਨ ਰੰਗੇ ਹੋਏ ਨੇ ਕਿਉਂ ਕਿ ਮੇਰੇ ਸ਼ਾਹ ਜੀ ਨੇ ਸ਼ਾਹਮ ਮੇਰੇ ਵਾਸਤੇ ਫਾਰਸੀ ਦਾ ਪਰਸ਼ੀਅਨ ਭਾਸ਼ਾ ਸ਼ਾਹਮ ਮੇਰੇ ਸ਼ਾਹ ਜੀ ਨੇ ਮੇਰੇ ਗੁਰੂ ਜੀ ਨੇ ਅੱਜ ਬੜਾ ਸੋਹਣਾ ਰੰਗਦਾਰ ਚੋਲਾ ਪਾਇਆ ਚੂ ਸ਼ਾਹਮ ਜਾਮਾ ਰੰਗੀ ਜਾਮਾ ਚੋਲਾ ਦਰ ਗੁਰੂ ਦਰਮਿਆਨ ਗਲ ਦੇ ਦਰ ਗੁਰੂ ਕਰਨ ਆਪਣੇ ਗਲ ਵਿੱਚ ਰੰਗੀਨ ਚੋਲਾ ਪਾਇਆ ਤੇ ਉਹਦੇ ਰੰਗ ਦਾ ਅਸਰ ਪਿਆ ਬਾਜਾਂ ਵਾਲੇ ਦੇ ਰੰਗ ਦਾ ਚੋਲੇ ਦੇ ਰੰਗ ਦਾ ਅਸਰ ਪਿਆ ਕਿ ਸੰਸਾਰ ਰੰਗਿਆ ਗਿਆ ਦੋ ਆਦਮ ਰੰਗੇ ਗਏ ਕਸੇ ਕੋ ਦੀਨ ਦਿਦਾਰੇ ਮੁਕੱਦਸ ਬੁਰਾ ਦੇ ਉਮਰ ਨਾ ਹਾਸਿਲ ਨਿਕੋ ਕਰ ਸ਼ਬਦ ਕੁਰਬਾਨ ਖਾ ਕੇ ਰਾਹੇ ਸੰਗਤ ਦਿਲੇ ਗੋਇਆ ਹਮੀਰਾ ਆਰਜੂ ਕਰ ਅੱਜ ਬਾਜਾਂ ਵਾਲੇ ਪਾਤਸ਼ਾਹ ਕੋਲੋਂ ਜਿਸ ਕਿਸੇ ਨੇ ਵੀ ਜੋ ਮੰਗਿਆ ਨੂੰ ਮਿਲ ਗਿਆ ਮੁਰਾਦਾਂ ਹਾਸਲ ਹੋ ਗਈਆਂ ਸਾਰੀਆਂ ਅੱਜ ਬਾਜਾਂ ਵਾਲੇ ਨੂੰ ਇਸ ਰੂਪ ਵਿੱਚ ਇਸ ਰੰਗ ਵਿੱਚ ਜੇ ਕਿਸੇ ਨੇ ਤੱਕ ਲਿਆ ਉਹਦੀ ਜ਼ਿੰਦਗੀ ਦੀਆਂ ਸਾਰੀ ਮੁਰਾਦਾਂ ਨੂੰ ਹਾਸਲ ਹੋ ਗਈਆਂ ਨੇ ਕਹਿੰਦੇ ਮੈਂ ਉਹਨਾਂ ਰਾਹਾਂ ਤੋਂ ਕੁਰਬਾਨ ਜਾਵਾਂ ਜਿਹਨਾਂ ਰਾਹਾਂ ਤੋਂ ਸੰਗਤਾਂ ਚੱਲ ਕੇ ਅਨੰਦਪੁਰ ਆਈਆਂ ਨੇ ਮੇਰਾ ਜੀ ਕਰਦਾ ਮੇਰੇ ਸਰੀਰ ਦੀ ਖਾਕ ਬਣ ਜਾਵੇ ਮੇਰੇ ਸਰੀਰ ਨੂੰ ਸਾੜਿਆ ਜਾਵੇ ਉਹਦੀ ਸੁਆਹ ਬਣਾਈ ਜਾਵੇ ਉਹਨਾਂ ਰਸਤਿਆਂ 'ਚ ਵਿਛਾਈ ਜਾਵੇ ਜਿਹਨਾਂ ਰਸਤਿਆਂ ਤੋਂ ਸੰਗਤਾਂ ਅਨੰਦਪੁਰ ਆਈਆਂ ਨੇ ਏਦਾਂ ਦੀਵਾਨ ਸਜਿਆ ਸੀ ਕਵੀ ਜਨ ਗਾ ਰਹੇ ਸੀ ਸੰਗਤਾਂ ਸੁਣ ਰਹੀਆਂ ਸੀ ਬਾਜਾਂ ਵਾਲੇ ਭਾਈ ਨੰਦ ਲਾਲ ਤੇ ਇੱਕ ਗੁਲਾਲ ਦੀ ਪੁੱਠ ਭਰ ਕੇ ਸਿੱਟੀ ਹੈ ਭਾਈ ਸਾਹਿਬ ਦਾ ਜ਼ਮੀਨ ਅਸਮਾਨ ਰੰਗ ਦਿੱਤਾ ਹੈ ਐਨ ਉਸ ਵੇਲੇ ਭਾਈ ਸਾਹਿਬ ਭਾਈ ਸੁਸਰਾ ਜੀ ਗੁਰੂ ਛੇਵੇਂ ਪਾਤਸ਼ਾਹ ਦੇ ਸਿੱਖ ਹੋਏ ਨੇ ਪੰਜਾਂ ਗੁਰੂਆਂ ਦੀ ਸੇਵਾ ਕੀਤੀ ਹੈ ਉਦਾਸੀਆਂ ਦੀ ਸੰਪਰਦਾ ਦੇ ਵਿੱਚ ਚਾਰ ਛੇ ਬਖਸ਼ਿਸ਼ਾਂ ਚੋਂ ਇੱਕ ਬਖਸ਼ਿਸ਼ ਉਹਨਾਂ ਦੀ ਆਉਂਦੀ ਹੈ ਬੜੀ ਉਹਨਾਂ ਦੀ ਲੰਮੀ ਕਥਾ ਮੈਂ ਨਾ ਸੁਣਾਵਾਂ ਉਸ ਦਿਨ ਵੀ ਆ ਗਏ ਕਾਲੇ ਕੱਪੜੇ ਪਾ ਕੇ ਮੂੰਹ ਤੇ ਕਾਲਕ ਮਲ ਕੇ ਗੁਰੂ ਦੇ ਦਰਬਾਰ ਦੇ ਆਲੇ ਦੁਆਲੇ ਪਰਕਰਮਾ ਕਰੀ ਜਾਂਦੇ ਨੇ ਅੰਦਰ ਨਹੀਂ ਆਉਂਦੇ ਸਿੰਘਾਂ ਆਖਿਆ ਮਹਾਰਾਜ ਦੇਖੋ ਖਾਲਸਾ ਸਾਰਾ ਹੀ ਸਜਿਆ ਧਜਿਆ ਸੁਥਰੇ ਨੂੰ ਕੀ ਹੋਇਆ ਕਾਲੇ ਕੱਪੜੇ ਪਾਈ ਫਿਰਦਾ ਮੂੰਹ ਕਾਲਾ ਕਰੀ ਫਿਰਦਾ ਇਹਨੂੰ ਕਾਹਦਾ ਸੋ ਹੋ ਗਿਆ ਮਹਾਰਾਜ ਨੇ ਬੁਲਾਇਆ ਸੁਥਰਿਆ ਤੈਨੂੰ ਕੀ ਹੋ ਗਿਆ ਤੂੰ ਕਿਉਂ ਸਿਰ ਨੂੰ ਕਾਲਾ ਕਰਦਾ ਤੂੰ ਕਿਉਂ ਕਾਲੇ ਕੱਪੜੇ ਪਾਏ ਨੇ ਸੁਥਰਾ ਕਹਿੰਦਾ ਉੱਥੇ ਨਾ ਜਿੱਥੇ ਇਹੋ ਜਿਹੇ ਕੰਮ ਹੁੰਦੇ ਨਾ ਉੱਥੇ ਡਾਇਰੀ ਲਿਖਣ ਵਾਲੇ ਵੀ ਆਉਂਦੇ ਆ
की कर रहा है, गुरु की प्लेटिना बना रहा है, गुरु की बोल रहा है। और सी आई डी वाले पहाड़ी राजा दे भी और अंगदेव दे भी सूबे दे भी बच्चे ही बैठे सके उन्होंने सुना के अज तुहाडा पंथ इना सोहना लग रहा है, सिर सोहने नीले पीले बाणियां सजे धजे बड़े सोहने लग रहे ने। मैं आख्या इन्हां पहाड़ियां की नज़र बड़ी भैड़ी है, चंद्रिया की नज़र ना लगते खालसे को, मैं नज़र पट्टू बन के आया। तुहानूं पता होना मेरी भैन माइया भी होना, आप सारे जानते हैं बच्चे के कन्न को काला टेका ला देते इन किसी की नज़र ना लगे। खालसा सोहना लगता, इन्हों दुष्टा की नज़र भैड़ी कि गुरु पंथ को लग ना जाए। महाराज कहते आ सुथरिया होना एक भर के गुलाल का महाराज सच्चे पातशाह ने सुटिया, भाई नंद लाल, भाई सुथरा, भाई दया सिंह, खालसा सारा ही नाल नाल कर दिता सच्चे पातशाह दुशियां। और अंगदेव गुरु कोटा पहुंचे सन कि जिन्होंने उत्ते असं हजार साल रंग नहीं रगड़ दिता, कलगियां वाले ने उन्होंने रंग ला दिता। वह हम शस्त्रधारी हो गए ने, वह तैयार पर तैयार हो गए ने, वह नगारे बजाते ने, क्योंकि हुक्म सी कि बादशाह तो बिना कोई नगारा नहीं बजा सकता। कोई घोड़े की सवारी सरकार की मंजूरी बिना नहीं कर सकता, तो कोई शस्त्र नहीं सजा सकता, सिर पर टोपी पा सकते पग नहीं बन सकते। महाराज सच्चे पातशाह सारिया पाबंदियां तोड़ के कहन लगे टोपियां की उच्चे उच्चे दुमाले सजाणगे। आ जिहड़े 13-13 चक्कर बाबा दीप सिंह दे सीस ते आपां देखदे आ, ते क्यों चलाए सी कि औरंगजेब दा चैलेंज सी, मैं पग नहीं बनन देने, कहिंदे जिहड़े जिहड़ियां बनांगे तूं हटा ली आ के, घोड़े रखांगे, शस्त्र रखांगे, शिकार खेडांगे, जिहड़ियां पाबंदियां लाएगा उह तोड़ांगे। ते साध संगत जी इह खुशहाली खालसे नूं बाजां वाले ने दित्ती है, ते आपां उहदे वारस बणीए, आपस में ना लड़िए। छोटिया छोटिया गल्लां तो ना हो सकता किसी का किसी नाल एक गल के ख्याल ना रलता होवे, दो गल्लां के ख्याल ना रलता होवे। सारे गुरु के सिखी हाँ, गुरु ग्रंथ साहब के सारे मत्था टेकते हैं। जे असीं इन्ना ही समझ लईए भी गुरु ग्रंथ साहब नूं मत्था टेकण वाला इंसान है, तो मैं इहनूं अपना भरा समझा, साडे चों नफरत खत्म हो सकती है। भाई कान सिंह जी नाभा ने लिखा कि असं होला मनाते हैं पर शस्त्र विद्या छड़ दिती है। ये 100 साल पहला लिखा सिख भाई कान सिंह नाभे की गल नूं समझ नहीं सके, 100 साल लंघ गया, हो आते 100 साल नूं ते पता नहीं की बनना। असी साध संगत जी शस्त्रधारी भी होइए, बाणी दे भी धारनी होइए, बाणी दे भी धारनी होइए। ये लोग सुखी है पर लोग सहेले बनना। अज साडे कोल बड़े बड़े महान विद्वान आए हुए ने जिन्होंने सानू सतगुरां दे मिशन बारे, गुरमत दे सिधांत बारे, वर्तमान हालातों बारे विचार देनिया ने आपां सुननियां। लगभग 2:15 आपां समाप्ति करन दी कोशिश करांगे, फिर आपां महला चढ़ना निशान साहब जो महाराज ने सानू बख्शिश कीते, ते निशाना दी ताबिया नगारिया दी ताबिया सिंह महला चढ़ते होंदे सी। आप उस तरह गत्का खेडना, शस्त्र विद्या का अभ्यास करना, सारी संगत ने हाजरियां भरनिया ने। तो आनंदपुर साहब असं जो लंबा देखते सी ना छोटे होंद, एक सिंह केसगढ़ साहब को ना सादा जहाँ ने कपड़े पाए होंगे सी, पजामा कुर्ता पग भी सीधी जी, तो नंगी तलवार के हाथ चुंदी सी बिल्कुल। तो वो इन्ने ज़्यादा जो घोड़े आते सी ना फौजा आदियां सी, तो इन्ना खुश होंदा सी, जकारे भी आ जाता सी। ਉਹਨੂੰ ਕਿਸੇ ਨੇ ਪੁੱਛਣਾ ਉਹਦੇ ਨਹੀਂ ਸੀ ਬੋਲਦਾ, ਪਰ ਉਹ ਕਹਿੰਦੇ ਸੀ ਇਹਨੂੰ ਦਰਸ਼ਨ ਹੁੰਦੇ 10ਵੇਂ ਪਾਤਸ਼ਾਹ ਵੀ ਮਹਾਰਾਜ ਇਹਦੇ ਵਿੱਚ ਹੀ ਹੈ ਖਾਲਸੇ। ਅਤੇ ਜਦੋਂ ਅਸੀਂ ਮਹੱਲੇ 'ਚ ਜਾਈਏ ਨਾ, ਸਾਡੀ ਇਹ ਭਾਵਨਾ ਹੋਣੀ ਚਾਹੀਦੀ ਹੈ ਵੀ ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੈਂ ਹਾਂ, ਕਰੋ ਨਿਵਾਸ, ਦਰਸ਼ਨ ਹੁੰਦੇ ਆ ਕਰਨ ਵਾਲਾ ਹੋਵੇ, ਅੱਖ ਹੋਣੀ ਚਾਹੀਦੀ ਹੈ, ਪਾਤਸ਼ਾਹ ਦਾ ਤੁਹਾਡੇ ਵਿੱਚ ਹੀ ਬੈਠੇ ਹੋਏ ਹੈ। ਸੋ ਸਾਧ ਸੰਗਤ ਜੀ, ਅੱਜ ਆਪਾਂ ਮਹੱਲਾ ਮਨਾਉਣਾ, ਅਤੇ ਉਹ ਜੋ ਮਹਾਰਾਜ ਨੇ ਸਾਨੂੰ ਕਨਸੈਪਟ ਦਿੱਤਾ ਸੀ ਉਹਨੂੰ ਸਮਝਣ ਦਾ ਯਤਨ ਕਰਨਾ, ਇਤਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।